Jithe jaye bhaiye Bhala kahiye. Ek ओंकार सतगुर प्रसाद श्री गुरदयाल की दया न आन देव मैं जो खंड ब्रह्मांड उदय अस्त लो ताई है आंब की सदर कत मिटत आंबली खाए पिता को प्यार ना परोसी पै पाइए सागर की निद कत पाइए पोखर से दिन कर सर दीप ज्योत न पुजाइए इंद्र बरखा समान पूजस न कूप जल चंदन सुबास न पलास महकाइए श्री गुर दयाल की दया न आन देव मैं श्री गुर दयाल की दया न आन देव मैं जो खंड ब्रह्मांड उदय अस्त लो ताइए साहिबे कमाल पातशाहां दे पातशाह गुरु गरीब निवाज भगत वच्छल दीनानाथ वालिए कुल आलम लोक परलोक विच प्रकाशमान काबले उस्तत चवर तखत दे मालक राजान राज पानान पान देवान देव उपमा महान शब्द गुरु धन धन श्री गुरु ग्रंथ साहब जी दी पावन पवित्र चरण शरण विच जुड़ बैठे सतसंगी जनों गज वज के फतेह दी सांझ पावना जी वाहिगुरु जी का खालसा वाहिगुरु जी की फतेह परम सत्कार योग गुरु सवारेओ दीन दुनी दे मालक सतगुरां दे पावन चरणा विच जुड़ बैठे हैं हलत पलत के राखे गुरदेव पातशाह आप बख्शिश करके सीस ते हाथ रख के सेवा लैन इस पवित्र स्थान ते जिथे आप जी हाजरियां लवाउण आए हो उत्थे दासरे भी आप जी दे दीदार करके बाबे नानक दे कर तनतां दा पात्र बनना चाहुंदे ने तुहाडी चरण धूड़ी सदका गुरदेव पातशाह दे बिठाए बैठे हैं छेवें पातशाह मीरी पीरी दे मालक वड जोधा बहु पर उपकारी तिना दे प्यार विच अज जुड़े हैं सतसंगियो संसार दा इतिहास फरोल के देख लईए पढ़ के वेख लईए संसार दे विच जोधे बड़े होए ने वीर बड़े होए ने शस्त्रधारी अनेक महापुरश ते अनेक जोधे होए ने
ਦਾਨੀ ਵੀ ਬੜੇ ਹੋਏ ਨੇ, ਗਿਆਨੀ ਵੀ ਬਹੁਤ ਹੋਏ ਨੇ। ਸੱਚ ਤਾਂ ਇਹ ਹੈ, ਇੱਕੋ ਸਮੇਂ ਇੱਕੋ ਸ਼ਖਸੀਅਤ ਵਿੱਚ ਯੋਧਾ ਹੋਣ ਦਾ ਗੁਣ, ਦਾਨੀ ਹੋਣ ਦਾ ਗੁਣ ਅਤੇ ਪਰਉਪਕਾਰੀ ਸੁਭਾਅ ਇੱਕੋ ਥਾਂ 'ਤੇ ਨਹੀਂ ਰਲਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਛੇਵੇਂ ਪਾਤਸ਼ਾਹ ਦੇ ਬਾਬਤ ਇਹ ਬਚਨ ਉਚਾਰੇ ਨੇ। ਇੱਕ ਬੇਨਤੀ ਕਰਦੇ ਹਾਂ, ਭਾਈ ਗੁਰਦਾਸ ਜੀ ਕੌਣ ਨੇ? ਗੁਰੂ ਦੇ ਪਿਆਰੇ ਸਿੱਖ ਜਿਨ੍ਹਾਂ ਦੀ ਕਲਮ ਨੇ ਗੁਰਮਤਿ ਦੇ ਸੰਬੰਧ ਵਿੱਚ ਬਹੁਤ ਸਤਿਕਾਰ ਦੇ ਨਾਲ ਲਿਖਿਆ, ਜਿਨ੍ਹਾਂ ਦੇ ਬਚਨ ਗੁਰੂ ਘਰ ਦੇ ਵਿੱਚ ਪੜ੍ਹਨ ਦੀ ਵਿਚਾਰਨ ਦੀ ਆਗਿਆ ਹੈ, ਜਿਨ੍ਹਾਂ ਨੇ ਨੇੜੇ ਹੋ ਕੇ ਗੁਰੂ ਸਾਹਿਬਾਂ ਦੀ ਖੁਸ਼ੀ ਲਈ, ਪ੍ਰਸੰਨਤਾ ਲਈ ਜੀਵਨ ਦਾ ਇੱਕ ਇੱਕ ਕਦਮ ਗੁਰੂ ਸਾਹਿਬ ਦੇ ਕੋਲੋਂ ਪੁੱਟਣਾ ਸਿੱਖਿਆ, ਆਪ ਪੰਥ ਦੇ ਵਿਦਵਾਨ ਨੇ, ਜਿਨ੍ਹਾਂ ਨੂੰ ਸਿੱਖ ਪੰਥ ਦੇ ਵੇਦ ਵਿਆਸ ਵੀ ਆਖਿਆ ਜਾਂਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਨੇ, ਪਰ ਮਨ ਨੂੰ ਕਿੱਥੇ ਟਿਕਾਇਆ? ਜੀਵਨ ਵਿੱਚ ਨਿਮਰਤਾ ਕਿੰਨੀ ਕੁ ਕਮਾਈ ਹੈ? ਜਦੋਂ ਭਾਈ ਗੁਰਦਾਸ ਜੀ ਦਾ ਜੀਵਨ ਪੜ੍ਹੀਏ ਨਾ, ਇੱਕ ਪਿੰਡ ਦੇ ਵਿੱਚੋਂ ਕੁਝ ਸਿੱਖਾਂ ਦੇ ਨਾਲ ਲੰਘ ਰਹੇ ਨੇ, ਸੰਗਤਾਂ ਸਤਿਕਾਰ ਬੜਾ ਕਰਦੀਆਂ ਨੇ, ਕੁਝ ਬੀਬੀਆਂ ਖਲੋਤੀਆਂ ਆਪਸ ਦੇ ਵਿੱਚ ਗੱਲਾਂ ਕਰ ਰਹੀਆਂ। ਜਦੋਂ ਭਾਈ ਗੁਰਦਾਸ ਜੀ ਸਿੱਖਾਂ ਦੇ ਨਾਲ ਲੰਘੇ ਤਾਂ ਇੱਕ ਬੀਬੀ ਦੂਜੇ ਨੂੰ ਆਖਣ ਲੱਗੀ, ਭੈਣੇ ਤੈਨੂੰ ਪਤਾ ਇਹ ਕੌਣ ਨੇ? ਅਤੇ ਦੂਜੀ ਬੀਬੀ ਨੇ ਪੁੱਛਿਆ ਵੀ ਕੌਣ ਨੇ? ਤਾਂ ਬੀਬੀ ਪਿਆਰ ਦੇ ਵਿੱਚ ਕਹਿੰਦੀ, ਇਹ ਗੁਰੂ ਘਰ ਦੇ ਅਨੰਦ ਸੇਵਕ, ਪਿਆਰੇ ਗੁਰਸਿੱਖ, ਇਹ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਨੇ। ਹੁਣ ਕੋਈ ਹੋਵੇ ਸਾਡੇ ਵਰਗਾ ਅਤੇ ਸੰਸਾਰ ਦੇ ਵਿੱਚ ਸਤਿਕਾਰ ਮਿਲੇ ਅਤੇ ਮਨ ਦੇ ਹਾਲਾਤ ਬਦਲ ਜਾਂਦੇ ਨੇ, ਬੰਦਾ ਹੋਮੇ ਵਿੱਚ ਖੱਚਤ ਹੋ ਜਾਂਦਾ। ਬਹੁਤਾਤ ਗਿਣਤੀ ਅਜੋਕੇ ਸਮੇਂ ਦੇ ਵਿੱਚ ਐਸੇ ਮਨੁੱਖਾਂ ਦੀ ਏ ਜੋ ਨਿੰਦਿਆ ਸੁਣ ਕੇ ਛੇਤੀ ਕ੍ਰੋਧ ਕਰਨ ਲੱਗ ਪੈਂਦੇ ਨੇ ਅਤੇ ਉਸਤਤ ਸੁਣ ਕੇ ਛੇਤੀ ਹੰਕਾਰ ਦੇ ਵਿੱਚ ਖੱਚਤ ਹੋ ਜਾਂਦੇ ਨੇ। ਪਰ ਭਾਈ ਗੁਰਦਾਸ ਜੀ ਦਾ ਜੀਵਨ ਜਦੋਂ ਪੜ੍ਹਿਆ, ਜਦੋਂ ਇੱਕ ਬੀਬੀ ਨੇ ਕਿਹਾ ਇਹ ਬ੍ਰਹਮ ਗਿਆਨੀ ਨੇ, ਪੂਰਨ ਗੁਰਸਿੱਖ ਨੇ, ਭਾਈ ਗੁਰਦਾਸ ਜੀ ਦੇ ਕਦਮ ਰੁਕ ਗਏ। ਬੜੇ ਪ੍ਰੇਮ ਦੇ ਨਾਲ ਉਸ ਬੀਬੀ ਨੂੰ ਆਖਣ ਲੱਗੇ, ਭੈਣੇ ਤੂੰ ਮੇਰੇ ਲਈ ਜੋ ਲਫ਼ਜ਼ ਵਰਤੇ ਨੇ ਮੈਂ ਉਹਨਾਂ ਜੋਗਾ ਨਹੀਂ, ਆ ਮੈਂ ਤੈਨੂੰ ਦੱਸਾਂ ਮੈਂ ਕੌਣ। ਸੰਗਤਾਂ ਦੇ ਹੱਥ ਜੁੜ ਗਏ ਅਤੇ ਉਸ ਵੇਲੇ ਭਾਈ ਸਾਹਿਬ ਨੇ ਇਹ ਬਚਨ ਉਚਾਰੇ। ਵੇਖਣਾ ਕਿੱਥੇ ਪਹੁੰਚੇ ਨੇ ਬਾਬੇ ਨਾਨਕ ਦੇ ਘਰ ਦੀ, ਭਾਈ ਗੁਰਦਾਸ ਜੀ ਨੂੰ ਕਿੰਨੀਆਂ ਖੁਸ਼ੀਆਂ ਪ੍ਰਾਪਤ ਹੋਈਆਂ, ਪਰ ਮਨ ਨੂੰ ਕਿੱਥੇ ਟਿਕਾਇਆ? ਹਾਉ ਅਪਰਾਧੀ ਗੁਨਹਿਗਾਰ, ਹਾਉ ਬੇਮੁਖ ਮੰਦਾ, ਚੋਰ ਯਾਰ ਜੁਆਰ ਹਾਉ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਕਣ ਮੈਂ ਕੋ ਨਾ ਰੱਖੰਦਾ। ਅਤੇ ਅਖੀਰ ਦੇ ਵਿੱਚ ਗੁਰੂ ਘਰ ਦੀ ਸਤਸੰਗ ਦੀ ਉਸਤਤ ਕਰਦੇ ਹਾਂ, ਅਖੀਰਲੀ ਪੰਕਤੀ ਵਿੱਚ ਬਚਨ ਕਰਦੇ ਨੇ, ਸਿਮਰ ਮੁਰੀਦਾ ਢਾਡੀਆਂ ਸਤ ਗੁਰ ਬਖਸ਼ੰਦਾ। ਗੁਰੂ ਦੀ ਉਪਮਾ, ਗੁਰੂ ਦੀ ਵਡਿਆਈ, ਐਸੇ ਗੁਰਸਿੱਖ ਪਿਆਰੇ ਭਾਈ ਗੁਰਦਾਸ ਜੀ ਜਦੋਂ ਛੇਵੇਂ ਪਾਤਸ਼ਾਹ ਦੀ ਉਸਤਤ ਕਰਦੇ ਨੇ ਨਾ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਉਸਤਤ ਕਰਦਿਆਂ ਇੱਕ ਉਮਾਹੇ ਦੀ ਅਵਸਥਾ ਪ੍ਰਗਟ ਹੋ ਜਾਂਦੀ ਹੈ। ਉਮਾਹਾ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਸਤਸੰਗੀਓ, ਉਹ ਦੀਨ ਕੇ ਦਿਆਲ ਪਾਤਸ਼ਾਹ
कैसे परोपकारी ने। पंजवें पातशाह जो आप शांति दे पुंज ने, निम्रता का मुजस्मा ने, तिना दे ग्रह विखे सन 1595 1595 नू छेवें पातशाह का आगमन हुंदा, गुरु की वडाली, वो पवित्र स्थान जिथे निरंकार छेवें पातशाह दे रूप दे विच गुरु अर्जन देव जी दे ग्रह विखे प्रगट होया। ते सतसंगीओ, जदों मैं सतगुरां दा परोपकारी सुभा पढ़दा ना, हैरान हो जाईदा। सतगुरु कैसे दीन दयाल ने। कश्मीर दी धरती ते प्यार वाले सिखां दे नाल घोड़ियां ते विराजमान हो के लंघ रहे ने। एक बेनती करां, छेवें पातशाह ने कश्मीर दी धरती नू बड़े भाग लाए ने। जे कितें कश्मीर दे इलाके विच जाण दा सबब प्राप्त होवे, उत्थे तुहानू बहुते अस्थान छेवें पातशाह दी याद विच मिलणगे। कश्मीर दी धरती ते अपने प्यारे सिखां दे नाल घोड़ियां ते लंघ रहे ने। सड़क दे कंडे झाड़ियां दे पिछों किसे बच्चे दे रोण दी आवाज़ आई। वेखना परोपकारी सुभा की, किसे बच्चे दे रोण दी आवाज़ आई। महाराज ने घोड़े नूं रोक लिया, पिछे गुरु के सिख उन्होंने भी रुकना किया। मर सिखां नूं इशारा करदे ने, वेखो कौन रो रहा है। आग्या मन के गुरु के सिख बड़े प्यार नाल घोड़े तो हेठां उतरे। सड़क दे कंडे एक झाड़ी दे पिछे वेख्या, कुछ दिनों का नव जमया बच्चा बस्तरां तो बिना मिट्टी घट्टे विच लिबड़िया होया ते कुरला रहा। मैं एक बेनती करां प्यारे, हो ओ ते कुछ दिनों का बच्चा सी, उहदे भाग धन सन कि उहदी पुकार छेवें पातशाह दे कन्नां विच पै गई। गुरु सवारे हो, किते असी भी गुरु दे बच्चे बन के पुकार करन दी जात सिख लईए ना। ते अज भी छेवें पातशाह हाजर नाजर ने। यह ना समझना कि गुरु साड़ी पुकार नहीं सुनता। सानू पुकार करन दी जाच नहीं। धन गुरु ग्रंथ साहब सतगुरु सच्चे पातशाह जी तो जे उपदेश सुनीए ना, ते धन गुरु ग्रंथ साहब जी दे विच भगत कबीर जी बचन करदे ने, कबीर केसो केसो कूकी है ना सोई है आसार, रात दिवस के कूकने कबहू के सुने पुकार। कूकना पुकारना, सिखा तेरा काम है तू हर वेले पुकार कर, तेरी ड्यूटी है तू अरदास कर। दोए कर जोड़ करो अरदास, तुद भावै ता आना रास। नीता प्रति पढ़ते हो, तू ठाकुर तुम पह अरदास, जियो पिंड सब तेरी रास। पुकार कर दे हो ना तुम मात पिता हम बारक तेरे, तुमरी कृपा में सूख कनेरे। सतसंगियो, बाणी ने सानू बार बार पुकार करन दी जात सिखलाई है। माफ़ी देना, पुकार होवे भावना वाली, पुकार होवे श्रद्धा नाल ओत पोत, पुकार दे विच दर्द होवे, पुकार दे विच आत्म समर्पण की भावना होवे, गुरु बोढ़द। अज भी गुरु हर थां ते अपने सिख की पैज रखदा, लोड़ है भावना की, लोड़ है श्रद्धा की।
ਦਾਸ ਕਈ ਵਾਰ ਇੱਕ ਬੇਨਤੀ ਕਰਿਆ ਕਰਦਾ, ਸਤਸੰਗੀਓ ਸ਼ਰਧਾ ਬਿਨਾ ਨਹੀਂ ਸਰਦਾ। ਜੇ ਜੀਵਨ ਵਿੱਚ ਸ਼ਰਧਾ ਨਹੀਂ, ਭਾਵੇਂ ਜਿੰਨੇ ਮਰਜ਼ੀ ਲੰਗਰ ਲਾ ਲਈਏ, ਜਿੰਨੇ ਮਰਜ਼ੀ ਤੀਰਥਾਂ ਦੀ ਯਾਤਰਾ ਕਰ ਲਈਏ, ਜਦੋਂ ਤੱਕ ਸ਼ਰਧਾ ਦਾ ਕਿਣਕਾ ਹਿਰਦੇ ਦੀ ਡੂੰਘਾਈ ਵਿੱਚੋਂ ਨਹੀਂ ਉਪਜਿਆ ਨਾ, ਤਾਂ ਸੱਚ ਜਾਣਨਾ ਗੁਰੂ ਦਰ 'ਤੇ ਪ੍ਰਵਾਨ ਨਹੀਂ ਹੋਵਾਂਗੇ। ਤੁਸੀਂ ਗੁਰੂ ਘਰ ਆਉਂਦੇ ਹੋ, ਮੁਬਾਰਕ ਹੈ, ਇੱਥੇ ਸਮਾਂ ਸਫਲਾ ਕਰਦੇ ਹੋ, ਕਥਾ ਕੀਰਤਨ ਸਰਵਣ ਕਰਦੇ ਹੋ, ਮੁਬਾਰਕ ਹੈ, ਪਰ ਭਲੇ ਹੋ ਇੱਕ ਅਰਦਾਸ ਕਰਕੇ ਮੰਗ ਮੰਗਣਾ, ਸੱਚਿਆ ਪਾਤਸ਼ਾਹ ਕਿਰਪਾ ਕਰਕੇ ਕਿਤੇ ਤੇਰੇ ਪ੍ਰਤੀ ਸਾਡੇ ਅੰਦਰ ਸ਼ਰਧਾ ਦਾ ਬੀਜ ਪ੍ਰਗਟ ਹੋ ਜਾਵੇ, ਸ਼ਰਧਾ ਨੂੰ ਭਾਗ ਲੱਗਦੇ ਨੇ। ਸਤਸੰਗੀਓ, ਨਿਤ ਗੁਰੂ ਦੇ ਦਰ 'ਤੇ ਆਉਂਦੇ ਹਾਂ, ਗੁਰੂ ਨੇ ਭਾਗ ਬਣਾਏ ਨੇ, ਪਰ ਗੁਰੂ ਸਵਾਰੇ ਉਹ ਜੇ ਅਜੇ ਅੰਦਰ ਮੈਂ ਦਾ ਕਿਣਕਾ ਹਉਮੈ ਅਹੰਕਾਰ ਈਗੋ ਤੇ ਗੱਲ ਨਹੀਂ ਬਣਦੀ। ਦਾਸ ਨੇ ਪਹਿਲਾਂ ਵੀ ਕਈ ਸਟੇਜਾਂ 'ਤੇ ਇੱਕ ਬੇਨਤੀ ਕੀਤੀ, ਸੰਸਾਰ ਦੇ ਵਿੱਚ ਜਿੰਨੀਆਂ ਵੀ ਭਾਸ਼ਾਵਾਂ ਲਿਖੀਆਂ ਜਾ ਸਕਦੀਆਂ ਨੇ ਨਾ, ਹਜ਼ਾਰਾਂ ਭਾਸ਼ਾਵਾਂ ਨੇ, ਅਸੀਂ ਤਾਂ ਬਹੁਤੀਆਂ ਭਾਸ਼ਾਵਾਂ ਦੇ ਜਾਣਕਾਰ ਵੀ ਨਹੀਂ। ਬਹੁਤਾ ਵਿਦਵਾਨ ਬੰਦਾ 2-4-5 ਭਾਸ਼ਾਵਾਂ ਜਾਣਦਾ, ਇਸ ਤੋਂ ਵੱਧ ਕੋਈ ਵਿਰਲਾ ਹੀ ਹੈ। ਸੰਸਾਰ ਦੇ ਵਿੱਚ ਬਹੁਤੀਆਂ ਭਾਸ਼ਾਵਾਂ ਨੇ ਜਿਹੜੀਆਂ ਲਿਖੀਆਂ ਜਾ ਸਕਦੀਆਂ ਨੇ, ਪਰ ਇੱਕ ਗੱਲ ਦਾ ਧਿਆਨ ਰੱਖਣਾ, ਇਹਨਾਂ ਸਾਰੀਆਂ ਭਾਸ਼ਾਵਾਂ ਨੂੰ ਜੇ ਵਿਚਾਰੀਏ ਨਾ, ਜੋ ਲਿਖਣ ਦੇ ਵਿੱਚ ਨੇ, ਕਈ ਭਾਸ਼ਾਵਾਂ ਕੇਵਲ ਬੋਲੀਆਂ ਜਾ ਸਕਦੀਆਂ, ਲਿਖਣ ਦੇ ਵਿੱਚ ਨਹੀਂ। ਜੇ ਸਭ ਤੋਂ ਛੋਟਾ ਐਲਫਾਬੈਟ ਲੱਭਣਾ ਹੋਵੇ ਨਾ ਸਾਰੀਆਂ ਭਾਸ਼ਾਵਾਂ ਦੇ ਵਿੱਚੋਂ, ਸਭ ਤੋਂ ਛੋਟਾ ਅੱਖਰ ਉਹ ਹੈ ਅੰਗਰੇਜ਼ੀ ਦਾ 9th ਐਲਫਾਬੈਟ, 9ਵਾਂ ਅੱਖਰ ਆਈ, ਲਿਖਣ ਦੇ ਵਿੱਚ ਬੜਾ ਸੁਖਾਲਾ ਹੈ, ਸਭ ਤੋਂ ਛੋਟਾ ਅੱਖਰ ਹੈ। ਕੇਵਲ ਇੱਕ ਲੀਕ ਪਾਉਣ ਦੀ ਲੋੜ ਹੈ ਕਾਗਜ਼ ਦੇ ਉੱਤੇ, ਆਈ ਲਿਖਿਆ ਗਿਆ, ਬਾਕੀ ਦੇ ਜਿੰਨੇ ਅੱਖਰ ਨੇ, ਏ ਲਿਖਣਾ ਹੋਵੇ, ਬੀ ਲਿਖਣਾ ਹੋਵੇ, ਸੀ ਡੀ ਈ ਜਾਂ ਊੜਾ ਐੜਾ ਈੜੀ, ਸੱਸਾ ਹਾਹਾ ਕੱਕਾ ਖੱਖਾ, ਇਹ ਜਿੰਨੇ ਵੀ ਅੱਖਰ ਨੇ ਨਾ, ਇਹਨਾਂ ਨੂੰ ਲਿਖਣ ਦੇ ਲਈ ਕਲਮ ਨੂੰ ਕਈ ਵਾਰ ਘੁਮਾਉਣਾ ਪੈਂਦਾ। ਪਰ ਆਈ ਇੱਕ ਐਸਾ ਅੱਖਰ ਹੈ, ਕੇਵਲ ਕਲਮ ਦੇ ਨਾਲ ਕਾਗਜ਼ ਦੇ ਉੱਤੇ ਇੱਕ ਲੀਕ ਪਾ ਦਿਓ, ਆਈ ਲਿਖਿਆ ਗਿਆ, ਸਭ ਤੋਂ ਛੋਟਾ ਅੱਖਰ ਜੇ ਲਿਖਣ ਦੇ ਵਿੱਚ। ਪਰ ਹੱਥ ਜੋੜ ਬੇਨਤੀ ਕਰਾਂ ਗੁਰੂ ਸਵਾਰਿਓ, ਆਈ ਭਾਵੇਂ ਸੰਸਾਰ ਦਾ ਸਭ ਤੋਂ ਛੋਟਾ ਅੱਖਰ ਹੈ, ਪਰ ਆਈ ਦਾ ਪ੍ਰਭਾਵ ਸਾਰੀ ਜ਼ਿੰਦਗੀ ਬੰਦੇ ਦੇ ਅੰਦਰੋਂ ਖਤਮ ਨਹੀਂ ਹੁੰਦਾ। ਆਈ ਮੈਂ ਮਾਈਸੈਲਫ ਮੀ ਅਤੇ ਸਾਰੀ ਜ਼ਿੰਦਗੀ ਬੀਤ ਜਾਂਦੀ ਹੈ, ਬੰਦਾ ਮੈਂ ਮੇਰੀ ਤੋਂ ਬਾਹਰ ਨਹੀਂ ਆਉਂਦਾ। ਬਾਣੀ ਦਾ ਸਪਸ਼ਟ ਫਰਮਾਨ ਹੈ, ਮੇਰੀ ਮੇਰੀ ਕੈਰੋਂ ਕਰਤੇ ਦੁਰਦੋਜਨ ਸੇ ਭਾਈ, 12 ਜੋਜਨ ਛਤਰ ਚਲੇ ਥਾ ਦੇਹੀ ਗਿਰਜਨ ਖਾਈ, ਬੰਦਾ ਮੈਂ ਤੋਂ ਬਾਹਰ ਨਹੀਂ ਆਉਂਦਾ। ਕਿਸੇ ਨੂੰ ਉੱਚੇ ਅਹੁਦੇ ਦੀ ਹਉਮੈ ਮਾਰ ਗਈ, ਕਿਸੇ ਨੂੰ ਗਿਆਨ ਦੀ ਹਉਮੈ ਨੇ ਖਾ ਲਿਆ, ਕਿਸੇ ਨੂੰ ਉੱਚੀ ਜਾਤ ਦਾ ਹੰਕਾਰ, ਕਿਸੇ ਨੂੰ ਬਹੁਤੇ ਧਨ ਦਾ ਹੰਕਾਰ, ਕਿਸੇ ਨੂੰ ਸਰੀਰਕ ਬਲ ਦਾ ਹੰਕਾਰ, ਕਿਸੇ ਨੂੰ ਕੁਰਸੀ ਦਾ ਹੰਕਾਰ, ਕਿਸੇ ਨਾ ਕਿਸੇ ਰੂਪ ਵਿੱਚ ਹਉਮੈ ਜੀਵਨ ਵਿੱਚ ਹਾਵੀ ਹੋ ਗਈ। ਅਤੇ ਸਤਿਗੁਰਾਂ ਦਾ ਬਚਨ ਹੈ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈਂ ਇੱਕ ਥਾਂ। ਬਾਬਾ ਜੀ ਦਾ ਪਾਵਨ ਫਰਮਾਨ, ਹਰ ਜੀ ਹੰਕਾਰ ਨਾ ਭਾਵਈ, ਹਰੀ ਨੂੰ ਹੰਕਾਰ ਚੰਗਾ ਨਹੀਂ ਜੇ ਲੱਗਦਾ। ਇੱਕ ਬੇਨਤੀ ਕਰਾਂ, ਗੁਰਮਤ ਦੇ ਦਾਇਰੇ ਵਿੱਚ ਰਹਿ ਕੇ ਗੱਲ ਕਰਾਂ, ਸੰਸਾਰ ਦੇ ਵਿੱਚ ਜੇ ਕੋਈ ਕਾਮੀ ਪੁਰਸ਼ ਹੋਵੇ, ਮਨ ਕਰਕੇ ਗੁਰੂ ਚਰਨਾਂ ਵਿੱਚ ਡਿੱਗ ਪਵੇ ਨਾ, ਬਖਸ਼ਿਆ ਜਾ ਸਕਦਾ। ਕੋਈ ਕ੍ਰੋਧ ਵਿੱਚ ਖੱਚਤ ਹੋਇਆ ਹੋਵੇ ਜਾਂ ਲੋਭ
ਮੋਹ ਦੇ ਵਿੱਚ ਡੁੱਬਿਆ ਹੋਵੇ, ਇਮਾਨਦਾਰੀ ਦੇ ਨਾਲ ਗੁਰੂ ਚਰਨਾਂ 'ਚ ਆ ਕੇ ਢਹਿ ਢੇਰੀ ਹੋ ਜਾਵੇ, ਸਰੈਂਡਰ ਕਰ ਦੇਵੇ, ਆਤਮ ਸਮਰਪਣ ਕਰ ਦੇਵੇ, ਬਖਸ਼ਿਆ ਜਾ ਸਕਦਾ। ਗੁਰੂ ਘਰ ਦੇ ਵਿੱਚ ਕਾਮੀ ਬਖਸ਼ੇ ਗਏ, ਕ੍ਰੋਧੀ ਬਖਸ਼ੇ ਗਏ, ਲੋਭੀ ਬਖਸ਼ੇ ਗਏ, ਮੋਹ ਦੇ ਵਿੱਚ ਖੱਚਤ ਹੋਏ ਬਖਸ਼ੇ ਗਏ, ਪਰ ਗੁਰੂ ਘਰ ਦੇ ਵਿੱਚ ਹੰਕਾਰੀ ਅਤੇ ਨਿੰਦਕ ਨਹੀਂ ਬਖਸ਼ੇ ਜਾਂਦੇ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਇਹਨਾਂ ਵੱਲ ਪਰਮਾਤਮਾ ਦੀ ਪਿੱਠ ਹੈ, ਕਿਉਂਕਿ ਹੰਕਾਰੀ ਦੇ ਜੀਵਨ ਵਿੱਚ ਕਦੇ ਗਿਆਨ ਪ੍ਰਗਟ ਨਹੀਂ ਹੁੰਦਾ। ਕਿਉਂਕਿ ਜੇ ਗਿਆਨ ਪ੍ਰਗਟ ਹੋ ਜਾਵੇ ਤਾਂ ਫਿਰ ਹੰਕਾਰ ਦਾ ਕੰਮ ਕੀ ਹੈ? ਹਉਮੈ ਨਾਵੇ ਨਾਲ ਵਿਰੋਧ ਹੈ, ਜਿੱਥੇ ਹਉਮੈ ਹੋਵੇ ਉੱਥੇ ਨਾਮ ਨਹੀਂ ਟਿਕਦਾ, ਅਤੇ ਜਿੱਥੇ ਨਾਮ ਟਿਕ ਜਾਵੇ ਉੱਥੇ ਹਉਮੈ ਟਿਕਦੀ ਨਹੀਂ। ਦੋਵੇਂ ਇੱਕ ਦੂਜੇ ਦੇ ਓਪੋਜ਼ਿਟ ਨੇ। ਬੇਨਤੀ ਕਰ ਰਿਹਾ ਸਾਂ, ਅਸੀਂ ਭਾਵੇਂ ਰੋਜ਼ ਗੁਰੂ ਘਰ ਮੱਥਾ ਟੇਕਦੇ ਹਾਂ, ਆਉਂਦੇ ਹਾਂ, ਪਰਿਕਰਮਾ ਕਰਦੇ ਹਾਂ, ਚੌਰ ਦੀ ਸੇਵਾ ਕਰਦੇ ਹਾਂ, ਗੋਲਕ ਦੇ ਵਿੱਚ ਮਾਇਆ ਪਾਉਂਦੇ ਹਾਂ, ਪਰ ਸੱਚ ਤਾਂ ਇਹ ਹੈ ਜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਉਮੈ ਵਿੱਚ ਖੱਚਤ ਹੋਏ ਹਾਂ ਨਾ, ਤਾਂ ਅਜੇ ਸਾਨੂੰ ਪੁਕਾਰ ਕਰਨ ਦੀ ਜਾਂਚ ਨਹੀਂ ਆਈ। ਕਿਵੇਂ ਪੁਕਾਰ ਕਰੀਏ? ਕਈ ਵਾਰਾਂ ਕਹਿ ਦਿੰਦੇ ਹਾਂ ਸਹਿਜ ਸੁਭਾਏ, ਕਈ ਵਾਰਾਂ ਬੰਦਾ ਰੱਬ ਨੂੰ ਗਿਲਾ ਕਰ ਦਿੰਦਾ। ਰੱਬ ਨੂੰ ਕਦੇ ਗਿਲਾ ਨਾ ਕਰਿਓ। ਆਖ ਦਿੰਦੇ ਹਾਂ ਜੀ, ਮੈਂ ਤਾਂ ਫਲਾਣੀ ਮੰਗ ਮੰਗੀ, ਰੱਬ ਨੇ ਮੇਰੀ ਅਰਦਾਸ ਨਹੀਂ ਸੁਣੀ, ਮੈਂ ਤਾਂ ਚਲੀਆ ਵੀ ਕੱਟਿਆ, ਨੰਗੇ ਪੈਰ ਗੁਰਦੁਆਰੇ ਜਾਂਦੇ ਰਹੇ। ਮੈਂ ਇੱਕ ਬੇਨਤੀ ਕਰਾਂ, ਇਹ ਨਾ ਕਦੇ ਕਹਿਣਾ ਬਈ ਰੱਬ ਨੇ ਅਰਦਾਸ ਨਹੀਂ ਸੁਣੀ। ਰੱਬ ਡੋਰਾ ਨਹੀਂ, ਵਿਣ ਬੋਲਿਆਂ ਸਭ ਕੁਛ ਜਾਣਦਾ। ਰੱਬ ਡੋਰਾ ਨਹੀਂ, ਘੱਟ ਘੱਟ ਕੇ ਅੰਤਰ ਕੀ ਜਾਨਤ, ਭੱਲੇ ਬੁਰੇ ਕੀ ਪੀਰ ਪਛਾਨਤ, ਚਿੰਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਕੀੜੀ ਤੋਂ ਲੈ ਕੇ ਵੱਡੇ ਤੋਂ ਵੱਡੇ ਜੀਵ ਤੱਕ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਰੱਬ, ਅਸੀਂ ਕਿਵੇਂ ਕਹਿ ਦਿੰਦੇ ਹਾਂ ਕਿ ਸਾਡੀ ਅਰਦਾਸ ਨਹੀਂ ਸੁਣੀ? ਆ ਜਿਹੜੇ ਆਖਦੇ ਨਾ ਜੀ ਨੰਗੇ ਪੈਰ ਗੁਰਦੁਆਰੇ ਜਾਂਦੇ ਰਹੇ ਹਾਂ, ਹੱਥ ਜੋੜ ਬੇਨਤੀ ਕਰਾਂ ਸਤਸੰਗੀਓ, ਗੁਰੂ ਘਰ ਦੇ ਵਿੱਚ ਕਿਸੇ ਪ੍ਰਕਾਰ ਦਾ ਕਰਮ ਕਾਂਡ ਕਰਨਾ ਵਰਜਿਤ ਹੈ, ਮਨਾਈਏ। ਜੇ ਨੰਗੇ ਪੈਰ ਆਉਣ ਦੇ ਨਾਲ ਰੱਬ ਦੀ ਬਹੁਤੀ ਪ੍ਰਸੰਨਤਾ ਮਿਲਦੀ ਹੋਵੇ ਨਾ, ਤਾਂ ਆਹ ਗੁਰੂ ਘਰ ਦੀ ਬਿਲਡਿੰਗ ਦੇ ਉੱਤੇ, ਚਵਾਰਿਆਂ ਦੇ ਉੱਤੇ, ਗੁੰਬਦ ਦੇ ਉੱਤੇ ਕਈ ਵਾਰਾਂ ਚਿੜੀਆਂ ਆ ਕੇ ਬਹਿ ਜਾਂਦੀਆਂ ਨੇ, ਤੋਤੇ ਕਬੂਤਰ ਆ ਜਾਂਦੇ ਨੇ, ਕਾਂ ਆ ਕੇ ਬਹਿ ਜਾਂਦੇ ਨੇ। ਹੁਣ ਤੁਸੀਂ ਸਾਰੇ ਸਿਆਣੇ ਹੋ, ਪੜ੍ਹੇ ਲਿਖੇ ਹੋ, ਵਿਦਵਾਨ ਹੋ, ਮੈਨੂੰ ਦੱਸੋ ਇਹਨਾਂ ਚਿੜੀਆਂ ਨੇ ਕਿਹੜੇ ਬਾਟਾ ਦੇ ਸ਼ੂਜ਼ ਪਾਏ ਨੇ, ਕਿਹੜੇ ਇਹਨਾਂ ਨੇ ਸਲੀਪਰ ਪਾਏ ਨੇ, ਸਾਰੇ ਨੰਗੇ ਪੈਰ ਹੀ ਨੇ। ਕਈ ਵਾਰਾਂ ਗੁਰਦੁਆਰੇ ਦੇ ਪਰਮਿਸਿਸ ਦੇ ਵਿੱਚ ਕੋਈ ਕੁੱਤਾ ਬਿੱਲੀ ਗਾਂ ਵਾਲਾ ਆਉਂਦੀ ਹੈ, ਇਹਨਾਂ ਨੇ ਕਿਹੜੇ ਲਿਬਰਟੀ ਦੇ ਜੋੜੇ ਪਾਏ ਨੇ, ਸਾਰੇ ਨੰਗੇ ਪੈਰ ਨੇ। ਜੇ ਨੰਗੇ ਪੈਰ ਆਉਣ ਵਾਲਿਆਂ ਦੀ ਪਹਿਲਾਂ ਸੁਣੀ ਜਾਵੇ ਤਾਂ ਸਭ ਤੋਂ ਪਹਿਲਾਂ ਇਹਨਾਂ ਪਸ਼ੂ ਪੰਛੀਆਂ ਦਾ ਭਲਾ ਹੋਵੇ ਜੋ ਹਰ ਸਮੇਂ ਨੰਗੇ ਪੈਰ ਨੇ, ਨਾ ਸਰਦੀ ਦੇ ਵਿੱਚ ਜੋੜਾ ਪਾਉਂਦੇ ਨੇ, ਨਾ ਗਰਮੀ ਦੇ ਵਿੱਚ ਜੋੜਾ ਪਾਉਂਦੇ ਨੇ। ਸਤਿਗੁਰਾਂ ਦੇ ਘਰ ਕਰਮ ਕਾਂਡ ਪ੍ਰਵਾਨ ਨਹੀਂ, ਇੱਥੇ ਤਾਂ ਅੰਦਰ ਦੀ ਸ਼ਰਧਾ, ਅੰਦਰ ਦੀ ਭਾਵਨਾ ਕੰਮ ਕਰਦੀ ਹੈ। ਬਾਬੇ ਨਾਨਕ ਦੇ ਨਾਂ 'ਤੇ ਲੱਖਾਂ ਰੁਪਈਏ ਦੀਆਂ ਦੇਗਾਂ ਕਰਾਉਣ ਵਾਲੇ ਹੋ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਨਾਂ 'ਤੇ ਕਰੋੜਾਂ ਰੁਪਈਏ ਦੇ ਸੰਸਾਰ ਵਿੱਚ ਲੰਗਰ ਵਰਤਾਉਣ ਵਾਲੇ ਹੋ, ਕਦੇ ਬਾਬੇ ਨਾਨਕ ਤੋਂ ਪੁੱਛੋ ਪਿਤਾ ਜੀ ਤੁਹਾਡੇ ਨਾਂ 'ਤੇ ਕਰੋੜਾਂ ਰੁਪਈਏ ਦੇ ਲੰਗਰ ਲੱਗਦੇ ਨੇ, ਤੁਹਾਡੇ ਤੱਕ ਕੋਈ ਪਹੁੰਚਿਆ? ਤੁਹਾਡੇ ਤੱਕ ਇੱਕ ਬੁਰਕੀ ਵੀ ਪਹੁੰਚੀ ਹੈ? ਬਾਬਾ ਨਾਨਕ ਆਖਦਾ, ਸਿੱਖਾ ਮੈਂ ਤੇ ਹੁਣ ਤੱਕ ਭਾਈ ਲਾਲੋ ਦੀ ਪ੍ਰੇਮ ਵਾਲੀ ਕੋਧਰੇ ਦੀ ਰੋਟੀ ਪਿਆ ਉਡੀਕਦਾ। ਕੋਈ ਭਾਵਨਾ ਵਾਲਾ ਸਿੱਖ ਆਵੇ ਤਾਂ ਸਹੀ, ਭਾਵਨਾ ਦੇ ਨਾਲ ਭਾਵੇਂ ਸੁੱਕਾ ਪ੍ਰਸ਼ਾਦਾ ਛਕਾ ਦੇਵੇ, ਗੱਲ ਤਾਂ ਭਾਵਨਾ ਦੀ ਹੈ।
ਤ੍ਰੇਤੇ ਦੇ ਅਵਤਾਰ ਸ਼੍ਰੀ ਰਾਮ ਚੰਦਰ, ਉਹਨਾਂ ਦੇ ਨਾਂ 'ਤੇ ਅੱਜ ਲੱਖਾਂ ਰੁਪਈਏ ਦੇ ਭੋਗ ਲੱਗ ਰਹੇ ਨੇ, ਪ੍ਰਸ਼ਾਦ ਵਰਤਾਏ ਜਾ ਰਹੇ ਨੇ। ਕਿਤੇ ਭਾਵਨਾ ਨਾਲ ਪੁੱਛੋ ਨਾ ਤਾਂ ਉਹ ਆਖਣਗੇ, ਮੈਂ ਤਾਂ ਅੱਜ ਵੀ ਪੀਲਨੀ ਦੇ ਬੇਰ ਪਿਆ ਉਡੀਕਣਾ। ਉਹ ਸ਼ਰਧਾ ਨਹੀਂ ਜੋ ਸ਼ਰਧਾ ਉਹਨਾਂ ਭਗਤ ਜਨਾਂ ਵਿੱਚ ਸੀ। ਕਿਤੇ ਦੁਆਪਰ ਦੇ ਅਵਤਾਰ ਸ਼੍ਰੀ ਕ੍ਰਿਸ਼ਨ, ਉਹਨਾਂ ਕੋਲੋਂ ਪੁੱਛੋ, ਤੁਹਾਡੇ ਨਾਂ 'ਤੇ ਮੰਦਰਾਂ ਦੇ ਵਿੱਚ 56 ਭੋਗ ਲੱਗਦੇ ਨੇ, ਦੇਸੀ ਘਿਓ ਦੇ ਲੱਡੂ ਵਰਤਾਏ ਜਾਂਦੇ ਨੇ, ਅਤੇ ਸ਼੍ਰੀ ਕ੍ਰਿਸ਼ਨ ਜੀ ਤੁਹਾਡੇ ਤੱਕ ਪਹੁੰਚਿਆ? ਉਹ ਆਖਣਗੇ, ਮੈਂ ਤਾਂ ਅੱਜ ਵੀ ਸੁਦਾਮਾ ਦੇ ਥੋੜ੍ਹੇ ਜਿਹੇ ਚੌਲ ਪਿਆ ਉਡੀਕਣਾ, ਕਿਤੇ ਕੋਈ ਸੁਦਾਮਾ ਬਣ ਕੇ ਆਵੇ ਤਾਂ ਸਹੀ। ਅਸੀਂ ਗੁਰੂ ਘਰ ਆਉਂਦੇ ਹਾਂ, ਕਰੋੜਪਤੀ ਬਣ ਕੇ ਆਉਂਦੇ ਹਾਂ, ਲੱਖਪਤੀ ਬਣ ਕੇ ਆਉਂਦੇ ਹਾਂ, ਕੋਈ ਵਿਰਲੇ ਹੀ ਏ ਜਿਹੜਾ ਸੁਦਾਮਾ ਦੀ ਭਾਵਨਾ ਨਾਲ ਆਉਂਦਾ, ਗਰੀਬ ਬਣ ਕੇ ਆਉਂਦਾ। ਮੈਂ ਲੰਗਰ ਲਾਇਆ, ਮੈਂ ਅਖੰਡ ਪਾਠ ਕਰਾਇਆ, ਮੈਂ ਗੁਰੂ ਘਰ ਦਾ ਪ੍ਰਧਾਨ, ਮੈਂ ਪੰਥ ਦਾ ਵਿਦਵਾਨ, ਸਾਨੂੰ ਹਉਮੈ ਨੇ ਖਾ ਲਿਆ। ਬੇਨਤੀ ਕਰਾਂ, ਜੇ ਗੁਰੂ ਘਰ 'ਚੋਂ ਬਖਸ਼ਿਸ਼ ਦੇ ਪਾਤਰ ਬਣਨਾ ਤਾਂ ਹਉਮੈ ਨੂੰ ਤਿਆਗਣ ਦਾ ਯਤਨ ਕਰਨਾ ਪਏਗਾ। ਅਸਾਂ ਕੇਵਲ ਯਤਨ ਕਰਨਾ, ਬਾਕੀ ਗੁਰੂ 'ਤੇ ਛੱਡ ਦਿਓ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਬੇਨਤੀ ਕਰ ਰਿਹਾ ਸਾਂ, ਸਤਿਗੁਰੂ ਕਸ਼ਮੀਰ ਦੀ ਧਰਤੀ 'ਤੇ ਸਿੱਖਾਂ ਦੇ ਨਾਲ ਵਿਚਰ ਰਹੇ ਨੇ, ਰਾਹ ਦੇ ਕੰਢੇ ਝਾੜੀਆਂ ਦੇ ਮਗਰੋਂ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਆਈ। ਮਹਾਰਾਜ ਨੇ ਸਿੱਖਾਂ ਨੂੰ ਇਸ਼ਾਰਾ ਕੀਤਾ, ਸਿੱਖ ਬੜੇ ਪਿਆਰ ਦੇ ਨਾਲ ਜਦੋਂ ਬੱਚੇ ਨੂੰ ਕੱਪੜੇ ਦੇ ਵਿੱਚ ਵਲੇਟ ਕੇ ਮਹਾਰਾਜ ਦੇ ਸਨਮੁਖ ਪੇਸ਼ ਕੀਤਾ, ਨਵ ਜੰਮਿਆ ਬੱਚਿਆ, 2-4 ਦਿਹਾੜਿਆਂ ਦੀ ਉਮਰ, ਮਹਾਰਾਜ ਸੱਚੇ ਪਾਤਸ਼ਾਹ ਨੇ ਬੱਚੇ 'ਤੇ ਦ੍ਰਿਸ਼ਟੀ ਪਾਈ, ਜਿਸ 'ਤੇ ਗੁਰੂ ਦੀ ਦ੍ਰਿਸ਼ਟੀ ਪੈ ਜਾਵੇ, ਗੁਰੂ ਜਿਸ ਦੀ ਪੁਕਾਰ ਸੁਣ ਲਵੇ, ਉਸ ਦਾ ਫਿਰ ਲੋਕ ਸੁਖੀ ਏ, ਪਰ ਲੋਕ ਸੁਹੇਲੇ ਹੋ ਜਾਇਆ ਕਰਦੇ ਨੇ। ਜਿੱਥੇ ਜਾਏ ਬਹੀਏ ਭਲਾ